ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਬਲਾਕ ਦੀਨਾਨਗਰ ਦੇ ਪੈਂਦੇ ਪਿੰਡ ਮੁਗਰਾਲਾ ਦੀ ਹੋਈ ਚੋਣ, ਦਲਬੀਰ ਸਿੰਘ ਬਿੱਟੂ ਬਣੇ ਸਰਬਸੰਮਤੀ ਨਾਲ ਸਰਪੰਚ। ਪਿੰਡ ਮੁਗਰਾਲਾ 'ਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਸਮੂਹ ਪਿੰਡ ਵਾਸੀਆਂ ਵੱਲੋਂ ਸੀਨੀਅਰ ਕਾਂਗਰਸੀ ਆਗੂ ਦਲਬੀਰ ਸਿੰਘ ਬਿੱਟੂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਇਸ ਮੌਕੇ ਤੇ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ਅਤੇ ਢੋਲ ਨਾਲ ਭੰਗੜੇ ਪਾਏ ਜਾ ਰਹੇ ਸਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਬਣੇ ਸਰਪੰਚ ਦਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਮੈਂ 1992 ਤੋਂ ਪਿੰਡ ਮੁਗਰਾਲਾ 'ਚ ਸਰਪੰਚ ਬਣਦਾ ਆ ਰਿਹਾ ਹਾਂ। ਇਹ ਮੇਰੇ ਪਿੰਡ ਵਾਸੀਆਂ ਦਾ ਪਿਆਰ ਹੈ ਜਿਨ੍ਹਾਂ ਦੀ ਬਦੌਲਤ ਮੈਨੂੰ ਇਹ ਮਾਣ ਸਨਮਾਨ ਮਿਲਦਾ ਹੈ। ਉਹਨਾਂ ਕਿਹਾ ਕਿ ਸਾਡੇ ਸਤਿਕਾਰਯੋਗ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਕਰਵਾਏ ਗਏ ਕੰਮਾਂ ਦੇ ਚਲਦੇ ਹਲਕੇ ਦੇ ਲੋਕ ਕਾਫੀ ਖੁਸ਼ ਹਨ। ਉਹਨਾਂ ਕਿਹਾ ਕਿ ਅਸੀਂ ਸਰਪੰਚ ਬਣੇ ਹਾਂ, ਪਿੰਡ ਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਅਤੇ ਪਿੰਡ 'ਚੋਂ ਧੜੇਬਾਜ਼ੀ ਖਤਮ ਕੀਤੀ ਜਾਵੇਗੀ। ਉਧਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਨਵੇਂ ਬਣੇ ਸਰਪੰਚ ਦਲਬੀਰ ਸਿੰਘ ਬਿੱਟੂ ਪਹਿਲਾਂ ਵੀ ਪਿੰਡ ਦੀ ਭਲਾਈ ਲਈ ਵਧੀਆ ਕੰਮ ਕਰਦੇ ਆ ਰਹੇ ਹਨ ਅਤੇ ਸਾਨੂੰ ਹੁਣ ਵੀ ਪੂਰਾ ਮਾਣ ਹੈ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਪਿੰਡ ਦੇ ਕੰਮ ਵਧੀਆ ਤਰੀਕੇ ਨਾਲ ਕਰਵਾਉਂਦੇ ਰਹਿਣਗੇ। ਇਸ ਮੌਕੇ ਤੇ ਉਹਨਾਂ ਨਾਲ ਨਵੇਂ ਬਣੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਵੀ ਹਾਜ਼ਰ ਸਨ। ਮੈਂ ਜੀ 1992 ਤੋਂ ਲੈ ਕੇ ਅੱਜ ਤੱਕ ਸਰਪੰਚ ਚੱਲਦੇ ਆ ਰਹੇ ਹਾਂ। ਪਿੰਡ ਦਾ, ਪਿੰਡ ਦੇ ਲੋਕਾਂ ਦਾ, ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਆ। ਇਹ ਅੱਜ ਤੱਕ ਸਾਨੂੰ ਕਿਸੇ ਵੀ ਇਲੈਕਸ਼ਨ ਦੇ ਵਿੱਚ ਹਰਨ ਇਹਨਾਂ ਪਿੰਡ ਵਾਲਿਆਂ ਨਹੀਂ ਦਿੱਤਾ। ਸਾਨੂੰ ਪਿੰਡ ਦੇ ਵਿੱਚ ਅਸੀਂ ਜਿੰਨੇ ਵੀ ਇਲੈਕਸ਼ਨ ਲੜੇ ਨੇ, ਜੇ ਅਸੀਂ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਲੜਿਆ ਉਹ ਸਾਰੇ ਇਲਾਕੇ ਨੇ ਜਿਤਾ ਦਿੱਤਾ, ਜੇ ਅਸੀਂ ਸੰਮਤੀ ਦਾ ਇਲੈਕਸ਼ਨ ਲੜਿਆ ਫਿਰ ਸਾਨੂੰ ਇਲਾਕੇ ਨੇ ਜਿਤਾ ਦਿੱਤਾ। ਫਿਰ ਅਸੀਂ ਹੁਣ ਇਹ ਕੋਈ ਆਪਾਂ 6ਵੀਂ ਵਾਰ ਆਪਣੇ ਇਲੈਕਸ਼ਨ ਲੜ ਚੁੱਕੇ ਹਾਂ, ਜਿਹੜਾ ਕਿ ਮਤਲਬ ਕਿ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਸਾਡੇ ਆਪੋਜੀਸ਼ਨ ਸੀਗੀ ਉਹ ਹੁਣ ਸਾਨੂੰ ਸਰਬਸੰਮਤੀ ਨਾਲ ਹੀ ਬਣਾ ਗਏ ਆ। ਮਤਲਬ ਇਹ ਉਹਨਾਂ ਨੇ ਮਤਲਬ ਕਿ ਵੇਖ ਹੀ ਲਿਆ ਸੀਗਾ ਕਿ ਇੱਕ ਬੰਨੇ 90% ਲੋਕ ਨੇ, ਇੱਕ ਬੰਨੇ ਐਵੇਂ 10% ਹੋਣਗੇ ਉਹਨਾਂ ਹਾਰ ਗਏ। ਫਿਰ ਇਹ ਗੱਲ ਉਹਨਾਂ ਕਰਕੇ ਅਤੇ ਸਾਨੂੰ ਸਰਬਸੰਮਤੀ ਨਾਲ ਹੀ ਉਹਨਾਂ ਨੇ ਸਰਪੰਚ, ਪੰਚ ਸਾਡੇ ਜਿੰਨੇ ਆ ਸਾਰੇ, ਸਾਡੇ 7 ਪੰਚ ਅਤੇ 8ਵਾਂ ਸਰਪੰਚ, ਇਹ ਸਾਰਾ ਹੀ ਕਾਂਗਰਸ ਪਾਰਟੀ ਦਾ ਬਣਿਆ ਹੈ। ਇਹ ਸਾਰੀ ਹੀ ਜਿਹੜੀ ਬਦੌਲਤ ਆ ਇਹ ਸਾਰੀ ਸਾਡੇ ਮੈਡਮ ਅਰੁਣਾ ਚੌਧਰੀ ਮੰਤਰੀ, ਸਾਡੀ ਆਪਣੇ ਟਰਾਂਸਪੋਰਟ ਮੰਤਰੀ ਆ, ਉਹਨਾਂ ਦੀ ਸਿਰ 'ਤੇ ਸਤਰ ਸਾਇਆ ਸਾਰੇ ਪਿੰਡ ਦੇ ਉੱਤੇ ਆ। ਹਰ ਕੰਮ ਸਾਡਾ ਜਿਹੜਾ ਵਾ ਉਹ ਟਰਾਂਸਪੋਰਟ ਮੰਤਰੀ ਇੱਕ ਵਾਰੀ ਕਹਿਣ ਦੇ ਉੱਤੇ ਹੀ ਸਾਰੇ ਕੰਮ ਕਰਦੇ ਆ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਸਾਡੇ ਪਿੰਡ ਦੇ ਉਹ ਹਰ ਕੰਮ ਦੇ ਵਿੱਚ ਸਹਿਯੋਗ ਦਿੰਦੇ ਨੇ। ਮਹਾਰਾਜ ਵੱਲੋਂ ਅਰਦਾਸ ਵੀ ਹੋਏ ਕਰਨੇ, ਮਹਾਰਾਜ ਸੱਚੇ ਪਾਤਸ਼ਾਹ ਸਾਰੇ ਪਿੰਡ ਵਿੱਚ ਇਸੇ ਤਰ੍ਹਾਂ ਹੀ ਏਕਤਾ ਅਤੇ ਇਤਫਾਕ ਬਣਾਈ ਰੱਖੀ, ਅਸੀਂ ਸਾਰੇ ਜਣੇ ਆਪਣੇ ਪਿੰਡ ਦੇ ਵਿੱਚ ਪਿਆਰ ਦੇ ਨਾਲ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਗਰਾਲਾ ਦੇ ਸਮੂਹ ਨਿਵਾਸੀਆਂ ਨੂੰ ਧੰਨਵਾਦ ਦਿੰਦਾ ਹਾਂ ਜਿਨ੍ਹਾਂ ਨੇ ਸਾਡੇ ਵੱਡੇ ਭਾਅ ਜੀ ਦਲਬੀਰ ਸਿੰਘ ਬਿੱਟੂ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ। ਇਹਨਾਂ ਲੋਕਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹਦੇ ਨਾਲ ਇੱਕ ਤਾਂ ਪਿੰਡ ਵਿੱਚ ਰੰਜਿਸ਼ਬਾਜ਼ੀਆਂ ਜਿਹੜੀਆਂ ਸੀ ਉਹ ਖਤਮ ਹੋ ਗਈਆਂ, ਦੂਸਰਾ ਜੋ ਪੈਸੇ ਦੀ ਵੇਸਟੇਜ ਆ ਉਹ ਵੀ ਖਤਮ ਹੋਈ ਜੀ।
ਅਤੇ ਬਾਕੀ ਅਸੀਂ ਇਹਦਾ ਸਹਿਯੋਗ ਆਪਣੀ ਮੈਡਮ ਅਰਨਾ ਚੌਧਰੀ ਨੂੰ ਦਿੰਦੇ ਹਾਂ ਜੀ, ਜਿਹਨਾਂ ਦੇ ਸਦਕਾ ਪਿੰਡ ਵਾਸੀਆਂ ਨੇ ਸਾਨੂੰ ਕੋਪਰੇਟ ਕੀਤਾ। ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ, ਲੀਵਿੰਗ ਪੰਜਾਬ ਨਿਊਜ਼, ਦੀਨਾਨਗਰ।